Inspire Punjab TV ਤੇ ਤੁਹਾਡਾ ਸਭ ਦਾ ਸਵਾਗਤ ਹੈ ਦਲਜੀਤ ਦੁਸਾਂਜ ਦੀ ਫਿਲਮ ਚਮਕੀਲਾ ਜੋ ਕਿ ਵਿਵਾਦਾਂ ਦੇ ਘੇਰੇ ਵਿੱਚ ਹੈ ਜਿਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਹੈ ਤੇ ਉਹ ਇਤਰਾਜ਼ ਕਰ ਰਹੀਆਂ ਨੇ ਕਿ ਚਮਕੀਲਾ ਸ਼ਹੀਦ ਨਹੀਂ ਹੈ ਇਸ ਲਈ ਅਸੀਂ ਇਹ ਫਿਲਮ ਚੱਲਣ ਨਹੀਂ ਦੇਵਾਂਗੇ ਤਾਂ ਇਸ ਵਿਸ਼ੇ ਤੇ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੱਕ ਪੋਸਟ ਲਿਖੀ ਹੈ ਜਿਸ ਵਿੱਚ ਉਹ ਕਹਿੰਦੇ ਆ ਦਲਜੀਤ ਦੁਸਾਂਜ ਨੂੰ ਚਾਹੀਦਾ ਕਿ ਕਿਸਾਨ ਮੋਰਚੇ ਵਾਲਿਆਂ ਵਾਂਗ ਧਰਨਾ ਮੋਰਚਾ ਵਾਲਿਆਂ ਨੂੰ ਵੀ 10-20 ਲੱਖ ਦੇ ਕੇ ਚੁੱਪ ਕਰਾ ਲਵੇ ਨਾਲੇ ਪਰਮਜੀਤ ਅਕਾਲੀ ਵਰਗੇ ਤਾਂ ਸਸਤੇ ਵਿੱਚ ਹੀ ਮੰਨ ਜਾਣਗੇ ਤੁਹਾਨੂੰ ਦੱਸ ਦਈਏ ਕਿ ਪਰਮਜੀਤ ਸਿੰਘ ਅਕਾਲੀ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਵੱਲੋਂ ਇੱਕ ਵੀਡੀਓ ਦੇ ਜ਼ਰੀਏ ਦੱਸਿਆ ਗਿਆ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਚੱਲਣ ਨਹੀਂ ਦੇਵਾਂਗੇ ਤੇ ਜਿੱਥੇ ਕਿਤੇ ਵੀ ਇਹ ਫਿਲਮ ਲੱਗੇਗੀ ਤਾਂ ਅਸੀਂ ਉੱਥੇ ਜਾ ਕੇ ਪੁਰਜ਼ੋਰ ਵਿਰੋਧ ਕਰਾਂਗੇ ਤਾਂ ਇਹ ਪਰਮਜੀਤ ਸਿੰਘ ਅਕਾਲੀ ਵਰਗਿਆਂ ਵੱਲੋਂ ਫੇਸਬੁੱਕ ਤੇ ਵੀਡੀਓ ਪਾਈ ਗਈ ਹੈ ਇਸੇ ਦੇ ਸਬੰਧ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਕਿ ਕਿਸਾਨ ਮੋਰਚੇ ਵਾਲਿਆਂ ਮੰਗ ਧਾਰਨੇ ਮੋਰਚੇ ਵਾਲਿਆਂ ਨੂੰ ਵੀ 10-20 ਲੱਖ ਰੁਪਏ ਦੇ ਕੇ ਦਲਜੀਤ ਦੋਸਾਂਝ ਨੂੰ ਚਾਹੀਦਾ ਹੈ ਕਿ ਉਹ ਚੁੱਪ ਕਰਾ ਲਵੇ ਤੇ ਪਰਮਜੀਤ ਕਾਲੀਵਰਗੇ ਤਾਂ ਸਸਤੇ ਵਿੱਚ ਹੀ ਮੰਨ ਜਾਣਗੇ ਤਾਂ ਇਹ ਦੋ ਧਿਰਾਂ ਦੇ ਵੱਖੋ ਵੱਖਰੇ ਵਿਚਾਰ ਨੇ ਇਹਨਾਂ ਵਿੱਚ ਦੇ ਸਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ